ਮੈਂ ਧੰਨਵਾਦੀ ਹਾਂ ਆਪਣੇ ਸਤਿਕਾਰਯੋਗ MLA ਸਾਹਿਬ ਸਰਦਾਰ ਸਰਵਨ ਸਿੰਘ ਜੀ ਧੁੰਨ ਸਾਹਿਬ ਦਾ, ਸਾਡੇ ਡਾਇਰੈਕਟਰ ਪ੍ਰਬੰਧਕੀ ਸਰਦਾਰ ਜਸਬੀਰ ਸਿੰਘ ਜੀ ਢਿੱਲੋਂ, ਜਿਨ੍ਹਾਂ ਦਾ ਆਪਣਾ ਇਹ ਨਗਰ ਵੀ ਆ, ਇੱਥੋਂ ਦੇ ਰਹਿਣ ਵਾਲੇ ਨੇ, ਸਾਡੇ ਚੇਅਰਮੈਨ ਸਾਹਿਬ ਬਹਿਲਵਾਲ ਸਾਹਿਬ ਉਸਮਾ ਸਾਹਿਬ। ਇੱਕ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਕਿ ਇੱਥੇ ਜਿਹੜਾ ਬਿਲਡਿੰਗ ਆ ਇਸ 66 KV ਸਬ ਸਟੇਸ਼ਨ ਦੇ ਵਿੱਚ, ਇਹ ਕਾਫੀ ਖਸਤਾ ਹਾਲਤ ਦੇ ਵਿੱਚ ਹੋ ਚੁੱਕੀ ਸੀਗੀ, ਔਰ ਬੜੀ ਮੁਸ਼ਕਲ ਮੁਲਾਜ਼ਮਾਂ ਨੂੰ ਵੀ, ਇਲਾਕੇ ਦੇ ਲੋਕਾਂ ਨੂੰ ਵੀ ਜਦੋਂ ਆਉਂਦੇ ਸੀਗੇ ਇੱਥੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਸੋ ਅਸੀਂ ਇਹਦੀ ਨਵੀਂ ਬਿਲਡਿੰਗ ਬਣਾਉਣ ਦਾ ਜਿਹੜਾ ਉਹ ਫੈਸਲਾ ਕੀਤਾ। ਸੋ ਅੱਜ ਇਹ ਨਵੀਂ ਬਿਲਡਿੰਗ ਦਾ ਜਿਹੜਾ ਰਸਮੀ ਤੌਰ 'ਤੇ ਨੀਂਹ ਪੱਥਰ ਰੱਖਿਆ ਗਿਆ, ਲਗਭਗ 1 ਕਰੋੜ 30 ਲੱਖ ਰੁਪਇਆ ਇਹਦੇ 'ਤੇ ਖਰਚ ਆਊਗਾ। ਇਸ ਤੋਂ ਇਲਾਵਾ ਅਸੀਂ ਇੱਕ ਹੋਰ ਬਿਜਲੀ ਘਰ ਦੇ ਵਿੱਚ ਸੁਧਾਰ ਵਾਸਤੇ ਬਿਲਡਿੰਗ ਨੂੰ ਉਹਨੂੰ ਵੀ ਇੰਪਰੂਵ ਕੀਤਾ, ਉਹਦੇ ਵਿੱਚ ਨਵੇਂ ਬ੍ਰੇਕਰਸ ਦੀ ਲੋੜ ਆ, ਉਹਨੂੰ ਵੀ ਅਸੀਂ ਅੱਜ ਸ਼ੁਰੂਆਤ ਉਹਦੀ ਕੀਤੀ ਆ, ਜਲਦ ਉੱਥੇ ਜਿਹੜੇ ਆ ਨਵਾਂ ਮਟੀਰੀਅਲ ਜਿਹੜਾ ਉਹ ਪਹੁੰਚ ਜੂਗਾ। ਸੋ ਅੱਜ ਮੈਂ ਵਧਾਈ ਦਿੰਦਾ ਇਲਾਕੇ ਦੇ ਲੋਕਾਂ ਨੂੰ ਕਿ ਉਹਨਾਂ ਨੂੰ ਬਿਜਲੀ ਦੇ ਇਹ ਕੰਮ ਕਰਨ ਦੇ ਨਾਲ ਬਿਜਲੀ ਦੀ ਜਿਹੜੀ ਨਿਰਵਿਘਨ ਸਪਲਾਈ ਆ ਉਹ ਮਿਲ ਪਾਊਗੀ, ਔਰ ਉਹਨਾਂ ਨੂੰ ਦਫ਼ਤਰ ਦੇ ਵਿੱਚ ਆ ਕੇ ਵੀ ਵਧੀਆ ਮਹਿਸੂਸ ਹੋਊਗਾ ਕਿ ਸਾਡੇ ਜਿਹੜੇ ਸਰਕਾਰੀ ਦਫ਼ਤਰ ਨੇ, ਬਿਜਲੀ ਘਰ ਨੇ, ਉਹ ਵਧੀਆ ਬਣੇ ਨੇ। ਮੁਲਾਜ਼ਮਾਂ ਵਾਸਤੇ ਵੀ ਇੱਕ ਵਧੀਆ ਉਹਨਾਂ ਦੇ ਕੰਮ ਕਰਨ ਦਾ ਮਾਹੌਲ ਜਿਹੜਾ ਆ ਉਹ ਵਧੀਆ ਮਾਹੌਲ ਉੱਥੇ ਸਿਰਜਿਆ ਜਾਊਗਾ। ਸਰ, ਇੱਕ ਲਿੰਕ ਸੜਕਾਂ ਬਾਰੇ ਪੁੱਛਣਾ ਚਾਹੁੰਦੇ, ਲਿੰਕ ਸੜਕਾਂ ਬਾਰੇ ਕੋਈ ਪ੍ਰੋਜੈਕਟ ਸਰਕਾਰ ਲਿਆ ਰਹੀ ਹੈ? ਦੇਖੋ ਜੀ, ਸਾਡਾ ਲਗਭਗ 5500 ਕਰੋੜ ਰੁਪਏ ਦਾ RDF ਆ, RDF ਜਿਹੜਾ ਕੇਂਦਰ ਸਰਕਾਰ ਨੇ ਰੋਕਿਆ ਹੋਇਆ। ਦੇਖੋ, ਬੜੀ ਅਫਸੋਸ ਨਾਲ ਹੀ ਕਹਿਣਾ ਪੈਂਦਾ ਹੈ ਕਿ ਸਾਡੇ ਆਪਦੇ ਪੈਸੇ ਕੇਂਦਰ ਸਰਕਾਰ ਰੋਕ ਕੇ ਬੈਠੀ ਹੋਈ ਆ, ਅਸੀਂ ਉਹਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਵੀ ਗਏ ਹੋਏ ਆ, ਦੇਣੇ ਪੈਣੇ ਨੇ ਉਹਨਾਂ ਨੂੰ ਪੈਸੇ, ਦੇਣਗੇ ਸਾਡੇ ਆਪਣੇ ਨੇ, ਪਰ ਹੁਣ ਪ੍ਰੋਬਲਮ ਇਹ ਆ ਕਿ ਕੇਂਦਰ ਦੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਜਲਦੀ ਜਲਦੀ ਅਸੀਂ ਇਹਨਾਂ ਨੂੰ ਫੰਡ ਰਿਲੀਜ਼ ਕਰੀਏ, ਡਿਵੈਲਪਮੈਂਟ ਦੇ ਕੰਮ ਕਰਾਉਣਗੇ। ਸੋ ਇਹ ਜਿਹੜੀਆਂ ਲਿੰਕ ਸੜਕਾਂ ਨੇ ਜ਼ਿਆਦਾ ਮੰਡੀ ਬੋਰਡ ਦੀਆਂ ਨੇ, ਸੋ ਮੰਡੀ ਬੋਰਡ ਦੇ ਪੈਸੇ ਨਾਲ ਬਣਨੀਆਂ ਨੇ। ਸਾਨੂੰ ਆਸ ਆ ਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਚੰਡੀਗੜ੍ਹ ਦੀ ਮੇਅਰ ਇਲੈਕਸ਼ਨ ਦੇ ਉੱਤੇ ਸਖਤ ਫੈਸਲਾ ਜਿਹੜਾ ਆ ਉਹ ਦਿੱਤਾ ਆ, ਸਾਨੂੰ ਆਸ ਆ ਕਿ RDF ਦੇ ਉੱਤੇ ਵੀ ਸੁਪਰੀਮ ਕੋਰਟ ਜਿਹੜੀ ਆ, ਮਾਣਯੋਗ ਸੁਪਰੀਮ ਕੋਰਟ, ਸਾਡੇ ਹੱਕ ਦੇ ਵਿੱਚ ਫੈਸਲਾ।